ਇਹ ਔਰਤਾਂ ਪਾਣੀ ਲਈ ਸੰਘਰਸ਼ ਕਰ ਰਹੀਆਂ ਹਨ। ਇਹ ਔਰਤ ਜਿਸ ਕੰਧ ਨੂੰ ਪਾਰ ਕਰਨ ਦੀ ਕੋਸ਼ਿਸ਼ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਹੀ ਹੈ, ਉਹ ਅਸਲ ਵਿੱਚ ਇੱਕ ਖੂਹ ਹੈ। ਖੂਹ ਦੇ ਅੰਦਰ ਵੀ ਪਾਣੀ ਲਈ ਸੰਘਰਸ਼ ਜਾਰੀ ਹੈ। ਇਹ ਹਾਲਾਤ ਮੱਧ ਪ੍ਰਦੇਸ਼ ਦੇ ਪਿੰਡ ਕੁਸੀਆ ਦੇ ਹਨ। ਪਾਣੀ ਨੂੰ ਲੈ ਕੇ ਬਹੁਤ ਸਮੱਸਿਆ ਹੈ। ਕਈ ਵਾਰ ਦਿਨ ਰਾਤ ਖੂਹ ਦੇ ਕੋਲ ਹੀ ਰਹਿਣਾ ਪੈਂਦਾ ਹੈ। ਇਸਦਾ ਕੋਈ ਹੱਲ ਹੋਣਾ ਚਾਹੀਦਾ ਹੈ। ਇਸ ਪਿੰਡ ਦੀਆਂ ਔਰਤਾਂ ਪਾਣੀ ਲਈ ਸੰਘਰਸ਼ ਕਰ ਰਹੀਆਂ ਹਨ। ਇਹ ਸੰਘਰਸ਼ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉਹ ਦਿਨ ਵਿੱਚ ਕਈ ਵਾਰ ਕਰਦੀਆਂ ਹਨ। ਹਾਲਾਤ ਇਹ ਹਨ ਕਿ ਹਰ ਰੋਜ਼ ਪਾਣੀ ਲਈ ਉਹਨਾਂ ਨੂੰ ਖੂਹ ਵਿੱਚ ਉਤਰਨਾ ਪੈਂਦਾ ਹੈ। ਇੰਨਾ ਹੀ ਕਾਫੀ ਨਹੀਂ, ਕਈ ਵਾਰ ਔਰਤਾਂ ਨੂੰ ਖੂਹ ਦੇ ਕੋਲ ਹੀ ਸੌਣਾ ਪੈਂਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਉਹ ਰਾਤ ਦੇ 2 ਵਜੇ 3 ਵਜੇ ਤੱਕ ਖੂਹ ਵਿੱਚ ਉਤਰਦੀਆਂ ਹਨ। ਪੂਰੀ ਰਾਤ ਅਸੀਂ ਪਾਣੀ ਭਰਦੇ ਹਾਂ, ਕਦੇ ਰਾਤ ਦੇ 2 ਵਜੇ ਕਦੇ 3 ਵਜੇ। ਸਾਡੇ ਘਰ ਤੱਕ ਪਾਣੀ ਹੀ ਨਹੀਂ ਹੈ। ਇੱਥੇ ਔਰਤਾਂ ਪਾਣੀ ਨੂੰ ਲੈ ਕੇ ਪਰੇਸ਼ਾਨ ਹਨ। ਇਹ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਅਤੇ ਇਸ ਸਾਲ ਉਹਨਾਂ ਨੇ ਸਥਾਨਕ ਚੋਣਾਂ ਨੂੰ ਬਾਈਕਾਟ ਕਰਨ ਦੀ ਗੱਲ ਵੀ ਕੀਤੀ ਹੈ। ਨਹੀਂ ਦੇਂਗੇ ਵੋਟ ਜਬ ਤੱਕ ਯਹਾਂ ਪਾਣੀ ਨਹੀਂ ਮਿਲੇਗਾ ਤਬ ਤੱਕ ਹਮ ਵੋਟ ਨਹੀਂ ਦੇਂਗੇ। ਮੱਧ ਪ੍ਰਦੇਸ਼ ਵਿੱਚ ਸੂਬਾ ਸਰਕਾਰ ਵੱਲੋਂ ਹਰ ਪਿੰਡ ਨੂੰ ਸਾਲ 2024 ਤੱਕ ਪਾਣੀ ਦੀ ਸਪਲਾਈ ਦੇਣ ਦੀ ਗੱਲ ਆਖੀ ਗਈ ਹੈ। ਸੂਬੇ ਦੀ ਭਾਜਪਾ ਸਰਕਾਰ ਨਲ ਸੇ ਜਲ ਯੋਜਨਾ ਵੀ ਚਲਾ ਰਹੀ ਹੈ, ਪਰ ਪਿੰਡ ਵਿੱਚ ਬਣ ਰਹੇ ਹਾਲਾਤ ਸਰਕਾਰੀ ਦਾਅਵਿਆਂ ਤੋਂ ਬਿਲਕੁਲ ਉਲਟ ਹਨ। ਸੂਬੇ ਵਿੱਚ ਹਰ ਸਾਲ ਗਰਮੀ ਵੱਧ ਰਹੀ ਹੈ ਅਤੇ ਸਰਕਾਰ ਦੇ ਦਾਅਵਿਆਂ ਅਤੇ ਵਾਅਦਿਆਂ ਤੋਂ ਉਲਟ ਲੱਖਾਂ ਲੋਕ ਜੋ ਇਹਨਾਂ ਪਿੰਡਾਂ ਵਿੱਚ ਰਹਿੰਦੇ ਹਨ ਪਾਣੀ ਲਈ ਸੰਘਰਸ਼ ਕਰ ਰਹੇ ਹਨ, ਹਰ ਰੋਜ਼, ਹਰ ਦਿਨ, ਹਰ ਰਾਤ। 2019 ਦੀ ਗਲੋਬਲ ਰਿਪੋਰਟ ਮੁਤਾਬਕ ਭਾਰਤ ਦੁਨੀਆ ਦੇ ਉਹਨਾਂ 17 ਦੇਸ਼ਾਂ ਵਿੱਚ ਸ਼ਾਮਿਲ ਹੈ ਜਿੱਥੇ ਪਾਣੀ ਦੀ ਕਮੀ ਇੱਕ ਵੱਡੀ ਸਮੱਸਿਆ ਹੈ।